ਜੀ ਕੀ ਨਾ ਭਾਈ ਤੁਹਾਡਾ ਬਲਵੀਰ ਸਿੰਘ ਜੀ ਕੀ ਕੰਮ ਕਰਦੇ ਹੋ ਜੀ ਬਸ ਡਰਾਈਵਰਾਂ ਜੀ ਗਵਿੰਦਰ ਢੋਡ ਦੇ ਉੱਤੇ ਜੀ ਅੱਛਾ ਇਸ ਰੋਡ ਦੇ ਟੁੱਟੇ ਨੂੰ ਕਿੰਨੇ ਕੁ ਦਿਨ ਹੋ ਗਏ ਔਰ ਕਿੰਨੀ ਕੁ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਪਰੇਸ਼ਾਨੀ ਹੋ ਰਹੀ ਆ ਜੀ ਬੱਚੇ ਬੁੱਢੇ ਵਿਚਾਰੇ ਪਬਲਿਕ ਤੁਰ ਕੇ ਜਾ ਰਹੇ ਨੇ ਵਿਚਾਰੇ ਬਹੁਤ ਪਰੇਸ਼ਾਨੀ ਹੋ ਰਹੀ ਆ ਜੀ ਲੰਘਣ ਨਹੀਂ ਦੇ ਰਹੇ ਇੱਧਰ ਆਟੋ ਵਾਲੇ ਜਾਂਦੇ ਨੇ ਜਦੋਂ ਸਵਾਰੀ ਲੈ ਜਾਂਦੇ ਨੇ ਕਦੇ ਉੱਧਰ ਛੱਡਦੇ ਉੱਧਰ ਛੱਡਦੇ ਕੋਈ ਤੁਰ ਕੇ ਜਾਂਦਾ ਕਿ ਕੋਈ ਸਮਾਨ ਆ ਜੀ ਇਹ ਗੱਲ ਆ ਜੀ ਰਾਤੀ ਰੀਅਲ ਟ੍ਰੈਕ ਕੋਈ ਪ੍ਰਸ਼ਾਸਨ ਇੱਧਰ ਆ ਕੇ ਦੇਖ ਨਹੀਂ ਰਿਹਾ ਕੋਈ ਧਿਆਨ ਨਹੀਂ ਦੇ ਰਿਹਾ ਜੀ ਇੱਧਰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜੀ ਮੰਗ ਕਰ ਰਹੇ ਹੋ ਜਲਦੀ ਤੋਂ ਜਲਦੀ ਇਹਨੂੰ ਤਿਆਰ ਕਰਿਆ ਜਾਵੇ ਜੀ ਦੋ ਵਾਰ ਪਹਿਲਾਂ ਵੀ ਟੁੱਟ ਲਿਆ ਜੀ ਇਹ ਆ ਦੇਖ ਲਓ ਮਿੱਟੀ ਸਾਈਡ ਤੇ ਮਿੱਟੀ ਦਾ ਕੀ ਹਾਲ ਆ ਬੁਰਾ ਹਾਲ ਹੋਇਆ ਪਿਆ ਪੁਰ ਤੇ ਜੀ ਅਸੀਂ ਇਹੀ ਮੰਗ ਕਰਦੇ ਹਾਂ ਜਲਦੀ ਜਲਦੀ ਤਿਆਰ ਕਰਿਆ ਜਾਵੇ ਉਹਦੇ ਬੱਚੇ ਬੁੱਢੇ ਤੁਰ ਕੇ ਜਾਂਦੇ ਨੇ ਵਿਚਾਰੇ ਤੁਹਾਨੂੰ ਪਤਾ ਹੀ ਹੈ ਜੀ ਕੋਈ ਸਮਾਨ ਆ ਕੇ ਕੋਈ ਬੱਚੇ ਨੇ ਵਿਚਾਰੇ ਬਹੁਤ ਕਰਦਾਰੀ ਪਬਲਿਕ ਨੂੰ ਪਰੇਸ਼ਾਨੀ ਹੋ ਰਹੀ ਹੈ ਜੀ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਟਾਈਮ ਸਿਰ ਇਹਨੂੰ ਤਿਆਰ ਕੀਤਾ ਜਾਵੇ ਤੇ ਟਾਈਮ ਸਿਰ ਆਪਣੀ ਆਦਮੀ ਸਵਾਰੀ ਲੈ ਕੇ ਤੁਰ ਜਾਂਦਾ ਗੱਡੀ ਆਉਂਗਾ ਉੱਧਰ ਖੜ ਜੰਨੀ ਉੱਧਰ ਖੜ ਜੰਨੀ ਸੋ ਇਹ ਹਰ ਰੋਜ਼ ਇਥੋਂ ਯਾਤਰਾ ਕਰਨ ਵਾਲੇ ਗੱਡੀਆਂ ਓਵਰਲੋਡ ਲੰਘ ਰਹੀਆਂ ਨੇ ਰਾਤ ਨੂੰ ਕੱਢੀ ਜਾਂਦੀ ਗੱਡੀ ਓਵਰਲੋਡ ਗੱਡੀ ਜਾਂਦੀ ਨਾ ਜੀ ਉਹ ਖਾਲੀ ਬਸ ਲੰਘਣ ਆਉਂਦੇ ਜੀ ਕੀ ਤੁਹਾਡਾ ਜੀ ਯਾਦਵੰਦਰ ਕੀ ਕੰਮ ਕਰਦੇ ਹੋ ਜੀ ਜੀ ਢਾਬਾ ਆਪਣਾ ਜੀ ਅੱਛਾ ਸੜਕ ਬੰਦ ਹੋਈ ਆ ਰੋਡ ਪੁਲ ਦੀ ਜਿਹੜੀ ਪੁਲੀ ਆ ਧਸਣ ਦੇ ਨਾਲ ਕਿੰਨਾ ਕੋ ਫਰਕ ਪਿਆ ਤੁਹਾਡੇ ਕੰਮ ਧੰਦਿਆਂ ਨੂੰ ਬਾਈ ਬਿਲਕੁਲ ਬੰਦ ਹੋ ਗਿਆ ਜੀ ਇੱਕ ਤਾਂ ਪੁਲ ਨੇ ਜੀ ਇੱਕ ਸਾਡਾ 2 ਕਿਲੋਮੀਟਰ ਦਾ ਰੋਡ ਦਾ ਟੋਟਾ ਜੀ ਇਹਦਾ ਸਾਨੂੰ ਬੜਾ ਵੱਡਾ ਨੁਕਸਾਨ ਆ ਜੀ ਪੁਲ ਦੇ ਨਾਲ ਤਾਂ ਜੀ ਜਿਹੜੀ ਪਬਲਿਕ ਹਰਾਸਮੈਂਟ ਹੁੰਦੀ ਆ ਹੁੰਦੀ ਆ ਜੀ ਬਾਕੀ ਜਿੰਨੇ ਵੀ ਇਹ ਰੋਡ ਤੇ ਦੁਕਾਨਦਾਰ ਨੇ ਸਾਰਿਆਂ ਦਾ ਵਿਚਾਰਾਂ ਦਾ ਕੰਮ ਬੰਦ ਹੋ ਗਿਆ ਜੀ ਜਿਵੇਂ ਹੀ ਖਤਮ ਹੋ ਗਿਆ ਜੀ ਹੁਣ ਤਾਂ ਕਹਿ ਲਓ ਤੁਸੀਂ ਨਾ ਮਾਤਰਾ ਜੀ ਬਿਲਕੁਲ ਤੁਹਾਡੇ ਸਾਹਮਣੇ ਆ ਬਿਲਕੁਲ ਖਾਲੀ ਆ ਜੀ ਕੋਈ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਜੀ ਬਿਲਕੁਲ ਛੋਟੀਆਂ ਗੱਡੀਆਂ ਲੰਘਦੀਆਂ ਨੇ ਜੀ ਸਾਡਾ ਟਰੱਕਾਂ ਕਰਕੇ ਬਿਲਕੁਲ ਹੀ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਛੇਤੀ ਤੋਂ ਛੇਤੀ ਇਹ ਪੁਲ ਦਾ ਕੁਝ ਕੀਤਾ ਜਾਵੇ ਜੀ ਤਾਂ ਕਰ ਜਿਹੜੇ ਬੇਰੋਜ਼ਗਾਰ ਨੇ ਸਾਡੇ ਤੇ ਆ ਰੋਡ ਦਾ 2 ਕਿਲੋਮੀਟਰ ਦਾ ਜੀ ਤਾਂ ਪਹਿਲਾਂ ਵੀ ਅਸੀਂ ਬੜਾ ਦੁਖੀ ਆ ਜੀ ਇਹ ਤੋਂ ਪਹਿਲਾਂ ਖੰਨੇ ਵਾਲਾ ਉਹ ਸੀ ਉਹ ਮਸੀ ਬਣਿਆ ਆ ਲਾਈਨ ਮਸੀ ਚੱਲੀ ਸੀ ਉਹ ਮੁੜ ਕੇ ਪੁਲ ਦੇ ਬੜਾ ਕੰਮ ਖਰਾਬ ਕਰਤਾ ਜੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਜੀ ਵੀ ਪੁਲ ਦਾ ਛੇਤੀ ਤੋਂ ਛੇਤੀ ਕੰਮ ਕਰਕੇ ਜਿਹੜੇ ਬੇਰੋਜ਼ਗਾਰ ਆ ਜੀ ਸਾਡੇ ਵਰਗੇ ਇਹਨਾਂ ਨੂੰ ਵੀ ਮਤਲਬ ਰੋਟੀ ਪਾਣੀ ਦਾ ਜਿਹੜਾ ਚੱਲਦਾ ਹੁਣ ਸਾਡੇ 13 ਬੰਦੇ ਨੇ ਜੀ ਅਸੀਂ ਪੱਲਿਓਂ ਉਹਨਾਂ ਨੂੰ ਰੋਟੀ ਖਵਾ ਰਹੇ ਹਾਂ ਜੀ ਇਸ ਟਾਈਮ ਬਿਲਕੁਲ ਬੰਦ ਹਾਲ ਆ ਜੀ ਹਾਂਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਗਗਨਵੀਰ ਸਿੰਘ ਜੀ ਕੀ ਕੰਮ ਕਰਦੇ ਹੋ ਤੁਸੀਂ ਮੇਰਾ ਵੀ ਪਟਿਆਲਾ ਦੇ ਢਾਬਾ ਜੀ ਪੁਲ ਦੇ ਕੋਲੇ ਜੀ ਅੱਛਾ ਇਹ ਪੁਲ ਬੰਦ ਹੋਣ ਦੇ ਨਾਲ ਕੰਮ ਧੰਦੇ ਨੂੰ ਕਿੰਨਾ ਫਰਕ ਪਿਆ ਕੰਮ ਕਰ ਹੈ ਹੀ ਨਹੀਂ ਜੀ ਬਿਲਕੁਲ ਹੀ ਹੈ ਨਹੀਂ ਗਿਆ ਤੁਸੀਂ ਦੇਖਦੇ ਪਏ ਹੋ ਇੱਥੇ ਕਿਸੇ ਟਾਈਮ ਨੂੰ ਇੰਨਾ ਕੁ ਰਸ਼ ਹੁੰਦਾ ਸੀ ਟਰੱਕਾਂ ਦਾ ਜਿਹੜਾ ਇਸ ਟਾਈਮ ਬਿਲਕੁਲ ਆ ਬੰਦੇ ਹੀ ਦਿਖਦੇ ਤੁਹਾਨੂੰ ਤੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਜਿੰਨੀ ਜਲਦੀ ਇਹਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਅੱਜ ਸ਼ਾਇਦ ਸਰ 20 ਦਿਨ ਹੋ ਗਏ ਅੱਜ 20 ਦਿਨ ਹੋ ਗਏ ਜੀ ਅਜੇ ਤੱਕ ਕੋਈ ਕਿਸੇ ਤਰ੍ਹਾਂ ਦਾ ਕਿਸੇ ਅਫਸਰ ਨੇ ਆ ਕੇ ਕੋਈ ਇਹਦਾ ਕੰਮ ਨਹੀਂ ਸ਼ੁਰੂ ਕਰਾਇਆ ਜੀ ਆਹ ਟਾਇਰਾਂ ਵਾਲੇ ਵਿਚਾਰੇ ਆ ਦੇਖੋ ਬੰਦ ਪਏ ਇਹਨਾਂ ਦੇ ਤਕਰੀਬਨ ਸਾਰਿਆਂ ਨੂੰ ਹੀ ਮਾਰ ਹੈ ਜੀ ਪਹਿਲਾਂ ਲੋਕਡਾਊਨ ਦੀ ਮਾਰ ਪਈ ਮੁੜ ਕੇ ਆਹ ਦੇਖੋ ਰੋਡ 2 ਕਿਲੋਮੀਟਰ ਰੋਡ ਇੱਥੇ ਕੋਈ ਲੰਘਦਾ ਹੀ ਨਹੀਂ ਜੀ ਦੁਆਬਾ ਏਰੀਆ ਨਾ ਬੰਦ ਹੋ ਗਿਆ ਜੀ ਸਾਰਾ ਇੱਥੇ ਮੁੜ ਗਿਆ ਕੁੜੀ ਦੱਸ ਗਈ ਤੇ ਇਹ ਤਾਂ ਹੁਣ ਹੱਲ ਜਿਹੜਾ ਸਰਕਾਰ